बापू, ओ बापू, तू सौ खाती है भी सारे घर का बेड़ा कर करके छड़ना वा। है नहीं मेरी गल सुन, की गल है, रौला कली पाई जाना वा। रौला कला पाना वा, सुनहरा टकरे मेनू राज, 8,000 रुपया आधार कर आया ना। चल कोई नहीं, हौसले नाल गल कर, प्यो वा तेरा। तू बड़ी चंगीयां जी छापां ते तुही बणाईयां दोवां ने। ਇਹ ਜਾਣਾ ਇਹਨੂੰ ਮਾਰਿਆ ਤੇ ਕੰਮ ਬੜਾ ਖਰਾਬ ਆ ਤੇ ਉੱਤੋਂ ਤੇਰੀ ਭੂਆ ਬੜੀ ਕਹਿਰਵਾਨ ਆ, ਉਹ ਵੀ ਆਣ ਕੇ ਬੈਠੀ ਆ। ਭੂਆ ਤੇ ਕਹਿੰਦੀ ਮੈਂ ਚੱਲੀ ਆ। ਆਂਦੀ ਚੱਲੀ ਆ? ਹਾਂ। ਉਹ ਭਰਾ ਸ਼ੁਕਰ ਆ ਕਿਤੇ ਚੱਲ ਜਾਏ ਤੁਹਾਡੀ। ਏਦਾਂ ਕਰੀ ਵੀ ਹੁਣ ਮੈਂ ਚੱਲੀ ਆ। ਅੱਛਾ। ਪੈਰੀ ਤੇ ਨਾ ਕੋਈ ਪੈਸਾ ਚੁੱਕੀ ਤੇ ਨਾ ਪੈਰੀ ਨੂੰ ਲਾਈਨ ਚਲਾਈ। ਪੈਰੀ ਏਦਾਂ ਰਹਿਣੀ ਚਾਹੀਦੀ, ਜਦੋਂ ਕਰੋਗੇ ਕੰਮ ਮੈਨੂੰ ਨਾਲ ਲੈ ਕੇ ਕਰਨਾ। ਮੈਂ ਤੁਸੀਂ ਫਿਕਰ ਨਾ ਕਰਿਓ ਕਿਸੇ ਗੱਲ ਦਾ, ਜਿਹੜਾ ਵੀ ਕੰਮ ਹੋਊਗਾ ਨਾ ਪਹਿਲਾਂ ਤੁਹਾਨੂੰ ਜਾ ਕੇ ਇੱਥੇ ਲੈ ਆਵਾਂਗੇ ਤੇ ਫਿਰ ਤੁਹਾਡੀ ਸਲਾਹ ਨਾਲ ਜਿਹੜਾ ਕੰਮ ਹੋਊਗਾ ਉਹ ਹੀ ਹੋਊਗਾ। ਅੱਜ ਰਾਤ ਦੀ ਰੋਟੀ ਦਾ ਫਿਕਰ ਨਾ ਕਰੀ, ਆਪਾਂ ਦੋਵਾਂ ਭੈਣਾਂ ਨੇ ਝੱਟ ਬਣਾ ਲੈਣੀ ਆ। ਕੁੜੀਓ ਮੇਰੀ ਗੱਲ ਸੁਣੋ, ਤੁਸੀਂ ਬੜੇ ਟਾਈਮ ਨਾਲ ਆ ਗਈ ਨੇ ਦੋਵੇਂ ਜਾਣੀਆਂ ਤੇ ਧਿਆਨ ਰੱਖਿਓ। ਲਵਲੀ ਤੂੰ ਵੀ ਧਿਆਨ ਨਾਲ ਰਹੀ। ਹਾਂਜੀ। ਰੁਪਿੰਦਰ ਨੂੰ ਵੀ ਦੱਸ ਦੇਣਾ ਸੀ। ਨਹੀਂ ਮੈਂ ਕਹਿਤਾ ਜਦੋਂ ਭੂਆ ਆ ਜਾਏ ਨਾ ਤੁਹਾਡੀ, ਬਸ ਤੁਸੀਂ ਨਾ ਉਹਦੇ ਅੱਗੇ ਕੋਈ ਨਾ ਕੋਈ ਖਾਣ ਵਾਲੀ ਚੀਜ਼ ਰੱਖੀ ਚਲੇ ਜਾਣੀ, ਉਹਦਾ ਨਾ ਕਾਗਜ਼ਾਂ ਵਾਲੇ ਪਾਸੇ ਧਿਆਨ ਹੀ ਨਾ ਜਾਵੇ। ਨਹੀਂ ਕੋਈ ਗੱਲ ਨਹੀਂ, ਆ ਲੈਣ ਦੂਜੇ ਲੱਗ। ਠੀਕ ਹੈ ਕਿ ਨਹੀਂ? ਤਾਂ ਮੈਂ ਚੱਲਿਆ ਜੇ ਹਵੇਲੀ ਤੇ ਹੁਸ਼ਿਆਰ ਹੋ ਕੇ ਰਿਹੋ, ਬਾਕੀ ਉਹਦੇ ਅੱਗੇ ਕਿਸੇ ਨੇ ਬੋਲਣਾ ਨੀਗਾ, ਬਸ ਹਾਂ ਹਾਂ ਕਰੀ ਜਾਣੀ ਆ, ਜੀ ਜੀ ਕਰੀ ਜਾਣਾ। ਠੀਕ ਹੈ ਕਿ ਨਹੀਂ? ਤੇ ਫੇਰ ਮਸਲਾ ਹੱਲ ਹੋਣਾ ਜੇ, ਨਹੀਂ ਤੇ ਉਹਨੇ ਲੈ ਜਾਣਾ ਜੇ ਤੋਂ ਸਾਰਾ ਕੁਝ ਪੁੱਟ ਪੱਟ ਕੇ। ਮੈਂ ਤੇ ਇਹ ਕਹਿਣ ਡਿਆ ਵਾਂ ਚੱਲ ਆ ਜੇ, ਇੱਕ ਦਿਨ ਰਹਿਣਾ, ਦੋ ਦਿਨ ਰਹੇ, ਮਿਲ ਗਿਲ ਕੇ ਜਾਈ। ਸਹੀ ਗੱਲ ਵਾ, ਜੇ ਪੌੜਾ ਪਾ ਗਈ ਨਾ ਇੱਥੇ ਤੇ ਸਾਡੇ ਪੱਲੇ ਕੱਖ ਨਹੀਂ ਜੇ ਰਹਿਣਾ। ਚੱਲ ਕੋਈ ਨਹੀਂ, ਫਿਕਰ ਨਾ ਕਰ, ਆਪਾਂ ਕੱਲ ਹੀ ਆਈਆਂ ਵਾਂ। ਆਹ ਕੋਈ ਗੱਲ ਨਹੀਂ, ਵੇਖ ਲਾਂਗੇ ਜੋ ਹੋਊਗਾ। ਹਾਂ ਉਹ ਸਤਿ ਸ਼੍ਰੀ ਅਕਾਲ। ਦਫਾ ਹੋ ਪਰੇ, ਮੁੰਡਾ ਹੋਇਆ ਘਰ ਤੇ, ਤੂੰ ਦੱਸਿਆ ਨੀ ਵੀ ਮੁੰਡਾ ਹੋਇਆ ਵਾ, ਹੁਣ ਤੂੰ ਬਣਿਆ ਫਿਰਨਾ ਵਾ ਭੂਆ ਦਾ ਇਹ ਲਾ। ਓਏ ਆ ਜਾਓ ਅੰਦਰ ਤੇ, ਆ ਜਾਓ ਅੰਦਰ ਤੇ, ਆ ਗਏ ਤੇ ਤੁਸੀਂ ਕੀ ਕੀਤਾ ਵਾ? ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆ ਗਈ ਤੇ ਜਾਣ ਗਏ ਸੀ? ਸਤਿ ਸ਼੍ਰੀ ਅਕਾਲ। ਨਹੀਂ ਦੱਸ ਭਤੀਆ ਹੋਇਆ ਵਾ, ਹੁਣ ਵੇਖਣ ਤੇ ਆਉਣਾ ਹੀ ਪੈਂਦਾ ਵਾ। ਸਾਡਾ ਨਹੀਂ ਕੀਤਾ ਆ। ਲੈ ਭੂਆ ਤੂੰ ਐਵੇਂ ਨਾਰਾਜ਼ ਹੁੰਦੀ ਰਹੀ ਨੀ, ਆ ਜਾ ਬਹਿ ਜਾ, ਪਹਿਲਾਂ ਪਾਣੀ ਤੇਰੀ ਪੀ। ਤੂੰ ਕੀ ਕਿਹੜਾ ਕੰਮ ਚੰਗਾ ਕੀਤਾ? ਚੱਲ ਕੋਈ ਨਹੀਂ, ਠੰਡੀ ਹੋ ਜਾ ਤੇ ਆ ਜਾ ਇੱਧਰ। ਹੋਰ ਸੁਣਾ ਭੂਆ ਜੀ, ਸਿਹਤਾਂ ਠੀਕ ਠਾਕ ਵਾ? ਸਿਹਤਾਂ ਮੇਰੀਆਂ ਨੂੰ ਗੋਲੀ ਨਹੀਂ ਵੱਜੀ ਜੀ, ਸਭ ਠੀਕ ਠਾਕ ਵਾ। ਤੇ ਤੁਸੀਂ ਇਹ ਦੱਸੋ ਮੇਰੀ ਨੌਂ ਰਾਣੀ ਕਿੱਥੇ? ਕੋਈ ਗੱਲ ਨਹੀਂ, ਤੁਸੀਂ ਬੈਠੋ, ਹੁਣੇ ਬੁਲਾ ਦਿੰਦੇ ਨੌਂ ਰਾਣੀ ਨੂੰ। ਅੰਦਰ ਤੇ ਗਈ ਹੈ, ਚੱਲ ਮੈਂ ਤਾਂ ਨਹੀਂ ਹੁਣ ਅੰਦਰ ਜਾਂਦਾ, ਉੱਥੇ ਪੈਂਦੀ ਹੋਣੀ ਜਾ ਕੇ ਗੱਲ, ਪਤਾ ਨਹੀਂ ਹੁਣ ਕੀ ਉੱਥੇ ਗੱਲ ਚੱਲਣ ਡਈ ਹੋਣੀ। ਚੱਲ ਕੋਈ ਗੱਲ ਨਹੀਂ, ਇਹਨੇ ਕੀ ਕਰਦੀ। ਬਾਪੂ ਜੀ, ਹਾਂਜੀ, ਆਫਤ ਆ ਗਈ ਜੇ? ਆ ਗਈ ਆ, ਆ ਗਈ ਆ ਤੇ ਤੁਹਾਨੂੰ ਡਈ ਆ ਕਹਿਣ ਕਿ ਆਣ ਕੇ ਤੇ ਮੈਨੂੰ ਮਿਲੇ? ਤੇ ਕਿਸੇ ਦੇ ਗਲਤ ਨਹੀਂ ਪਈ ਆਣ ਕੇ? ਗਲ ਗੁਲ ਕੀ ਪੈਣਾ ਵਾ, ਝੋਲਾ ਜਿਹਾ ਲੈ ਕੇ ਬੈਠੀ ਆ ਤੇ ਲਵਲੀ ਨੇ ਬੁਲਾਇਆ ਤੇ ਲਵਲੀ ਨੂੰ ਤਾਂ ਪੈ ਗਈ ਸੀਗੀ। ਕਿਤੇ ਅੱਗ ਲੱਗ ਜੇ ਇਹਦੇ ਝੋਲੇ ਨੂੰ, ਇਹਦਾ ਕਿਤੇ ਝੋਲਾ ਹੀ ਸਾੜ ਦੋ ਫੜ ਕੇ। ਸਹੀ ਗੱਲ ਵਾ, ਉਹ ਸਾੜ ਨਹੀਂ ਵਾਲਾ ਵਾ। ਨਾਲੇ ਮੇਰੀ ਗੱਲ ਸੁਣੋ, ਮੈਂ ਨਹੀਂਗਾ ਘਰ ਜਾਣਾ, ਇਹਨੇ ਤਾਂ ਉੱਥੇ ਨੂੰਹ ਪੁੱਤ ਦੇ ਹੁੰਦਿਆਂ ਮੇਰੀ ਕਰ ਦੇਣੀ ਆ ਬੇਇੱਜ਼ਤੀ, ਮੈਂ ਉੱਥੇ ਗੱਲਾਂ ਕਰਾਉਣੀਆਂ ਤੇ ਮੈਂ ਇੱਧਰ ਉੱਧਰ ਇਹਨੂੰ ਮਿਲਾਂਗਾ, ਇੱਥੇ ਰਹਿ ਇਹਨੂੰ ਹਵੇਲੀ ਵਾਲੇ ਬੰਨੇ। ਹੁਣ ਕੀ ਆਖਾਂ ਫਿਰ ਜਾ ਕੇ? ਤੁਸੀਂ ਕਿਹੋ ਵੀ ਉਹ ਤੇ ਉੱਧਰ ਪੈਲੀਆਂ ਲਗਾਏ ਆ ਤੇ ਜਦੋਂ ਕਿਤੇ ਆ ਜੂਗੀ ਨਾ ਇੱਧਰ ਤੇ ਮੈਂ ਉੱਥੇ ਮਿਲ ਲੂੰਗਾ, ਮੇਰੇ ਕੋਲ ਨਹੀਂ ਤਾਂ ਨੂੰਹ ਦੇ ਹੁੰਦੇ ਬੇਇੱਜ਼ਤੀ ਕਰਾਈ ਜਾਂਦੀ ਇਹਦੇ ਕੋਲ। ਚੱਲ ਕੋਈ ਨਹੀਂ, ਮੈਂ ਕਹਿੰਦੀ ਆ ਜਾ ਕੇ। ਕਾਗਜ਼ ਪਾ ਕੇ ਤੇ ਪੈਲੀ ਦੇ ਤੁਰੀ ਫਿਰਦੀ ਝੋਲੇ 'ਚ, ਜਦੋਂ ਇਹਨੇ ਆਉਣਾ ਇਹਨੇ ਝੋਲਾ ਨਾਲ ਲੈ ਕੇ ਆਉਣਾ ਵਾ, ਇਹਨੇ ਤਾਂ ਸਾਨੂੰ ਬਖਸ਼ ਨੂੰ ਖੜਿਆ ਵਾ। ਚਲ ਕੋਈ ਨਹੀਂ, ਚਾਹ ਪਾਣੀ ਪੀਓ ਤੇ ਜੇ ਨਾ ਹੋਊਗਾ ਜਾ ਕੇ ਮਿਲ ਲਿਓ। ਉਹ ਬੱਲੇ ਬੱਲੇ ਪੈਣ, ਸਤਿ ਸ੍ਰੀ ਅਕਾਲ। ਤੇਰੀ ਮੇਰੀ ਕਾਲੀ ਸਤਿ ਸ੍ਰੀ ਅਕਾਲ ਵਾ। ਓਏ ਆਈ ਕਿਹੜੇ ਵੇਲੇ ਆ, ਉਹ ਤਾਂ ਲੜਨ ਦਾ ਵੀ ਆ। ਠੀਕ ਆ, ਲੜਨ ਦਾ ਵੀ, ਮੈਂ ਘਰ ਗਈ ਆ ਤੇ ਤੂੰ ਘਰੋਂ ਨਿਕਲ ਗਿਆ ਬਾਹਰ। ਬੈਠਾ ਬੈਠਾ ਕੌਣ ਤੂੰ? ਹੋਰ ਕੌਣ? ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਦੋਂ ਆਏ ਤੁਸੀਂ। ਪਤਾ ਤੈਨੂੰ ਕਿੱਥੇ ਲੱਗਣਾ ਸੀ, ਪਤਾ ਤੈਨੂੰ ਲੱਗਣਾ ਹੁਣ ਤੇਰੀ ਹਵਾ ਉੱਚੀ ਹੋ ਗਈ ਆ। ਉਹ ਚੱਲ ਭੈਣ ਕੋਈ ਗੱਲ ਨਹੀਂ, ਕਾਹਦੀ ਹਵਾ ਉੱਚੀ ਹੋ ਗਈ, ਤਾਂ ਤੇਰੇ ਸਿਰ ਤੇ ਅਸੀਂ ਉੱਡੇ ਫਿਰਦੇ ਆ। ਫਿਰ ਨੇ ਤੂੰ ਕੋਈ ਮੁੰਡਾ ਹੋਇਆ ਤਾਂ ਨਹੀਂ ਕਿਤੇ ਪਤਾ ਦਿੱਤਾ ਵੀ ਹੋਇਆ ਵਾ? ਉਹ ਤੈਨੂੰ ਪਤਾ ਮੈਨੂੰ ਕਿੱਥੇ ਫੋਨ ਲਾਉਣਾ ਹੁੰਦਾ, ਨਜ਼ਰ ਮੇਰੀ ਘੱਟ ਗਈ ਆ, ਪਤਾ ਮੈਨੂੰ ਲੱਗਦਾ ਨਹੀਂ ਕੋਈ ਨਜ਼ਰ ਇਹਦੀ, ਹੁਣ ਤੇਰੀਆਂ ਨਜ਼ਰਾਂ ਘਟਣ ਡਿਆ ਪਈਆਂ ਨੇ। ਤੈਨੂੰ ਚੇਤਾ ਹੀ ਭੁੱਲ ਗਏ। ਹੋਰ ਸੁਣਾ, ਸਾਰਾ ਪਰਿਵਾਰ ਠੀਕ ਠਾਕ ਆ? ਪਰਿਵਾਰ ਨੂੰ ਕੀ ਕਿਹੜਾ ਕੁੱਚਾ ਲੱਗਾ, ਕਰੋ ਕਰੀ ਆਈ ਆ।
ਘੜੀ ਹੋ ਗਈ ਆ ਜੀ ਚਾਹ ਪਾਣੀ ਪੀਤਾ ਨਾ ਹਾਂ ਪੀ ਲਿਆ ਚਲ ਵਧੀਆ ਹੋ ਗਿਆ ਹੋਰ ਸੁਣਾ ਗੱਲਬਾਤ ਆਜੋ ਆਜੋ ਲਓ ਹੁਣ ਅਸੀਂ ਭੂਆ ਨਾਲ ਗੱਪਸ਼ਾ ਮਾਰੋ ਸਾਨੂੰ ਹੈ ਕਿੱਥੇ ਕਰਕੇ ਤਾਂ ਆਪਾਂ ਲੱਗ ਗਏ ਆਏ ਆ ਚਲ ਗੱਪਸ਼ਾ ਆਪਾਂ ਮਾਰਦੇ ਹਾਂ ਮੈਂ ਨਹੀਂ ਗੱਪਾਂ ਮਾਰਨੀ ਤੂੰ ਸਾਰੇ ਜਣੇ ਨੇ ਗੱਲੇ ਇਹਦੇ ਲੈ ਦੱਸ ਤੂੰ ਆ ਕਿਦਾਂ ਦੀ ਗੱਲਾਂ ਕਰਨੀਆਂ ਤੂੰ ਕਿਉਂ ਰਣਾ ਆਪਾਂ ਗੱਲੇ ਨਾ ਰਹਿ ਕਿਉਂ ਨਹੀਂ ਗਿਆ ਪੈਣੀ ਪੈਲੀ ਤੇ ਪੈਸੇ ਚੁੱਕੇ ਤੂੰ ਕਿਸੇ ਨੂੰ ਦੱਸਿਆ ਮੇਰਾ ਵੇ ਕੇ ਸਾਰੀ ਬੰਦਾ ਉਹ ਭੈਣ ਮੇਰੀ ਗੱਲ ਸੁਣ ਦੱਸ ਸਕੇ ਭੈਣ ਭਰਾਵਾਂ ਚੋਂ ਕਾਹਦਾ ਪੜਦਾ ਹੁੰਦਾ ਵਾ ਅਸੀਂ ਤੇ ਕਦੀ ਕੋਈ ਲਕਾਜ ਨਹੀਂ ਰੱਖਿਆ ਅਸੀਂ ਤੇ ਕਹੇ ਚੱਲ ਆਪਣੀ ਭੈਣ ਆ ਕਿਹੜੀ ਗੱਲ ਆ ਕੋਈ ਬਗਾਨਾ ਹੁੰਦਾ ਤਾਂ ਦੱਸ ਦਿੰਦੇ ਸਾਨੂੰ ਮੈਨੂੰ ਤੇ ਕੋਈ ਪਤਾ ਨਹੀਂ ਲੱਗਾ ਮੈਨੂੰ ਤਾਂ ਹੁਣ ਪਤਾ ਉਹਦੀ ਜੋੜੀ ਦੀ ਵਾਈਸ ਹੋਈ ਕਿ ਪੋਤਾ ਹੋਇਆ ਉਹਦੇ ਘਰ ਨਹੀਂ ਦੱਸਿਆ ਮੈਨੂੰ ਉਹ ਲੈ ਉਹ ਭੈਣ ਪੈਸਿਆਂ ਦੀ ਕਾਹਦੀ ਗੱਲ ਕਰਨੀ ਆ ਤੈਨੂੰ ਪਤਾ ਘਰ 'ਚ ਤਾਂ ਤੰਗੀਆਂ ਬੜੀਆਂ ਵਾ ਮੁੰਡਾ ਸਾਡਾ ਰੋਲ ਚੱਲਿਆ ਵਿਚਾਰਾ ਰਾਤ ਦਿਨ ਉਹਦੇ ਆੜਤੀ ਕੋਲ ਥੋੜੇ ਜਿਹੇ ਪੈਸੇ ਲਿਆਂਦੇ ਸੀ ਤੁਸੀਂ ਆੜਤੀ ਕੋਲ ਲਿਆਂਦਾ ਪਰ ਮੇਰਾ ਕੋਈ ਹਿੱਸਾ ਬਣਦਾ ਸੀ ਨਾ ਵਿੱਚ ਉਹ ਸਾਰਾ ਕੁਝ ਤੇਰਾ ਵਾ ਹਿੱਸੇ ਵਾਲੀ ਕਿਹੜੀ ਗੱਲ ਆ ਕਿਦਾਂ ਮੇਰਾ ਉਹਦੇ ਬਣਦਾ ਆ ਸਾਰੇ ਬੱਚੇ ਤੇਰੇ ਹੀ ਆ ਦੱਸ ਮੇਰੇ ਆ ਪਰ ਮੈਨੂੰ ਇਹ ਕੋਈ ਮੈਨੂੰ ਨਹੀਂ ਕਹਿੰਦਾ ਮੇਰਾ ਆ ਲੈ ਫੜ ਕਾਗਜ਼ ਤੇ ਜੋ ਕਰਨਾ ਵਾ ਇਹਨਾਂ ਦਾ ਕਰ ਉਹ ਲੈ ਦੱਸ ਆ ਕਾਗਜ਼ ਫੇਰ ਇੰਨੀਆਂ ਜ਼ਿੰਮੇਵਾਰੀਆਂ ਚੁੱਕੀ ਫਿਰਦੀ ਆ ਹਰ ਵੇਲੇ ਟੈਨਸ਼ਨ ਚ ਰਹਿੰਦੀ ਆ ਰਹਿੰਦੀ ਇਹ ਹੁੰਦੀ ਆ ਨਾ ਟੈਨਸ਼ਨ ਜਦੋਂ ਤੁਸੀਂ ਵਰਤਦੇ ਮੈਂ ਨਹੀਂ ਵਰਤ ਸਕਦੀ ਉਹ ਬੱਲੇ ਭੈਣ ਵੇਖ ਕਿਦਾਂ ਦੀਆਂ ਵੱਖ ਹੋਣ ਵਾਲੀਆਂ ਗੱਲਾਂ ਕਰਦੀ ਆ ਉਹ ਹੀ ਕਾਗਜ਼ ਆ ਜਿਹੜੇ ਪਹਿਲਾਂ ਲਿਆ ਕੇ ਆਉਂਦੀ ਆ ਹੈ ਇਹ ਬੜੀ ਵਾਰੀ ਅੱਗੇ ਵੇਖਿਆ ਇਹਨਾਂ ਨੂੰ ਸੁੱਟ ਪਰੇ ਉਹ ਭੈਣ ਗੱਲ ਤੇ ਸਾਰੀ ਹਿੱਸੇ ਦੀ ਆ 2.5 ਕਿੱਲੇ ਸਾਡੇ ਕੋਲ ਸਾਰੇ ਤੇ 5 ਅਸੀਂ ਭਾਈਵਾਲ ਆ ਤੇ ਅੱਧਾ ਕਿੱਲਾ ਤੈਨੂੰ ਆਉਂਦਾ ਸੀ ਕਿਹੜੇ ਮੁਕਰ ਰਹੇ ਆ ਦੱਸ ਨਾਲੇ ਤੇਰੇ ਹੀ ਆ ਇੱਥੇ ਸਾਰਾ ਟੱਬਰ ਕਿਹੜੇ ਕੋਈ ਬਗਾਨੇ ਆ ਠੀਕ ਆ ਕਿ ਨਹੀਂ ਆ ਪਾਲਾ ਇਹਨੂੰ ਇਹਦੇ ਵਿੱਚ ਇੱਦਾਂ ਨਾ ਕਰਿਆ ਕਰ ਯਾਰ ਇਹ ਪੈਲੀ ਦੀ ਗੱਲ ਕਰਨਾ ਹੀ ਹੈ 2.5 ਕਿੱਲੇ ਆ ਤੇ 5 ਭਾਈਵਾਲ ਵਾ ਚੱਲ ਇਹ ਆ ਵੀ ਇਹ ਤਾਂ ਅੱਧਾ ਕਿੱਲਾ ਲਾਜੂ ਤਾਂ ਕੋਈ ਗੱਲ ਨਹੀਂ ਤੇ ਕੁੜੀਆਂ ਨੇ ਭਲਾ ਪੈਲੀ ਕੀ ਕਰਨੀ ਹੈ ਮੈਂ ਜਾਣਾ ਇਹਨਾਂ ਲਾ ਕੇ ਬਾਪੂ ਜੀ ਮੇਰੀ ਗੱਲ ਸੁਣੋ ਯਾਰ ਆਇਆ ਭੈਣ ਮੈਂ 2 ਮਿੰਟ ਹੈ ਮੈਨੂੰ ਤੁਹਾਡੀਆਂ ਚਲਾਕੀਆਂ ਸਾਰੀਆਂ ਦਾ ਪਤਾ ਤੇ ਕਿਹੜੇ ਸਭ ਕੁਝ ਤੋਂ ਲੁੱਟ ਪੁੱਟ ਕੇ ਨਾ ਲੈ ਜਾ ਮੈਂ ਵੀ ਹਿੱਸੇਦਾਰ ਦੇ ਲੈ ਭੂਆ ਆ ਕਿਦਾਂ ਦੀ ਅੱਡ ਹੋਣ ਵਾਲੀਆਂ ਗੱਲਾਂ ਕਰਨੀ ਆ ਐਦਾਂ ਨਾ ਕਿਆ ਕਰ ਕੋਈ ਗੱਲ ਨਹੀਂ ਆਪਾਂ ਵੀ ਤੇਰੀਆਂ ਪਤੀਆਂ ਵਾਂ ਫਿਰ ਕੀ ਹੋ ਗਿਆ ਤੇਰੀਆਂ ਪਤੀਆਂ ਪਰ ਤੂੰ ਖਜਰਪਣਾ ਵਕੀਲ ਚਲਾਉਂਦੀਆਂ ਜੇ ਬਾਪੂ ਮੈਂ ਤੇ ਤਾਂ ਆਵਾਜ਼ ਮਾਰੀ ਆ ਕਿ ਬਾਹਰ ਕੀ ਚੱਕਰ ਚੱਲਣ ਡਿਆ ਪੈਲੀ ਪੁਲੀ ਦਾ ਉਹ ਭਰਾਵਾ ਚੱਕਰ ਕਾਦਾ ਵਾ ਪੈਲੀ ਉਹਦੇ ਨਾਲ ਲੱਗ ਗਈ ਆ ਉਹ ਜਦੋਂ ਆਉਂਦੀ ਉਦੋਂ ਦਾਬਾ ਮਾਰਦੀ ਮੈਂ ਤੇ ਡਰਦਾ ਰਹਿਣਾ ਵੀ ਕਿਸੇ ਸ਼ਰੀਕ ਨੂੰ ਨਾ ਲੱਗੇ ਆਣ ਗਵਾਣ ਨੂੰ ਦੇ ਦੇ ਨਹੀਂ ਅੱਧਾ ਕਿੱਲਾ ਉਹਦੇ ਨਾਮ ਤੇ ਹੋਰ ਉਹਦੇ ਨਾਮ ਆ ਤੇ ਤਾਂ ਹੀ ਤੇ ਭਰਾ ਤਰਲੇ ਲੈਣ ਡਏ ਨੇ ਤੇ ਸਾਨੂੰ ਕੀ ਲੋੜ ਪਈ ਜਿੰਨੀਆਂ ਉਹ ਗੱਲਾਂ ਕਰਨ ਦੀ ਆ ਕਿਤੇ ਸੁਣੀਆਂ ਜਾਂਦੀਆਂ ਅੱਛਾ ਅੱਛਾ ਹਾਂ ਤੁਸੀਂ ਪਹਿਲਾਂ ਕਦੀ ਦੱਸਿਆ ਹੀ ਨਹੀਂ ਪਹਿਲਾਂ ਕੀ ਦੱਸਣਾ ਹੈ ਜਦੋਂ ਬਾਪੂ ਮੇਰਾ ਪੂਰਾ ਹੋਇਆ ਤੇ ਨਾਂ ਇਹਦੇ ਲੱਗ ਗਿਆ ਵਿੱਚ ਅੱਧਾ ਕਿੱਲਾ ਅੱਛਾ ਅੱਛਾ ਤੇ ਚੱਕਰ ਪੈ ਗਿਆ ਉਲਟਾ ਠੀਕ ਆ ਕਿ ਨਹੀਂ ਤਾਂ ਇਹਨੂੰ ਮੈਂ ਕਹਿੰਦਾ ਵੀ ਜੋ ਆਂਦੀ ਭਰਾਵਾ ਮੰਨੀ ਜਾਓ ਕਾਗਜ਼ ਹਰ ਵੇਲੇ ਵਿੱਚ ਪਾ ਕੇ ਰੱਖਦੀ ਆ ਮੇਰੀ ਗੱਲ ਸੁਣ ਹਾਂਜੀ ਸੜਕ ਦੇ ਉੱਤੇ ਆਉਣ ਡਿਆ ਉਹਦਾ ਅੱਧਾ ਕਿੱਲਾ ਜਿਹੜਾ ਉਹਦੇ ਨਾਂ ਦੇ ਲੱਗਾ ਵਾ ਅੱਛਾ ਉਹ ਪਰੇ ਵਾਈ ਦਾ ਜਿਹੜਾ ਆਹੋ ਪਲਾਟਾਂ ਤੇ ਲੋਕਾਂ ਨੇ ਲੈ ਲੈਣਾ ਇਹਦੇ ਕੋਲ ਦੱਸਾਂ ਕਿੰਨਾ ਮੁੱਲ ਵਾ ਉੱਥੇ ਲੱਖ ਲੱਖ ਰੁਪਈਏ ਨੂੰ ਮਰਲਾ ਵਾ ਤੇ ਹੁਣ ਕਰੀਏ ਕੀ ਦੱਸੋ ਕਰਨਾ ਹੁਣ ਕੀ ਆ ਹੁਣ ਨਾਂ ਦੇ ਉਹਦੇ ਅਸੀਂ ਕੀ ਕਰ ਸਕਦੇ ਹਾਂ ਇਹੋ ਹੀ ਆਪਾਂ ਜਦੋਂ ਆਉਂਦੀ ਆ ਖਰਚਾ ਖੁਰਚਾ ਕਰੀ ਦਾ ਇਹਨੂੰ ਖੁਸ਼ ਰੱਖੀਦਾ ਇਹਨੂੰ ਸੂਟ ਸਾਟ ਬਣਾ ਦਿਓ ਤੇ ਇਹਨੂੰ ਤੋਰੋ ਇੱਥੋਂ ਕਿਸੇ ਤਰ੍ਹਾਂ ਇੱਦਾਂ ਕਰਨਾ ਮੈਂ ਜਿਵੇਂ ਤੁਹਾਨੂੰ ਸ਼ਹਿਰ ਕਰ ਲਵਾਂ ਹਾਂ ਇਹ ਤੇ ਸੂਟ ਚੰਗਾ ਜਿਹਾ ਲਿਆ ਵਾ ਉੱਦਾਂ ਇਹਦੇ ਘਰ 'ਚ ਕੋਈ ਭੁੱਖ ਤਾਂ ਨਹੀਂ ਕਿਸੇ ਗੱਲ ਦੀ ਇਹਦੀ ਨੀਤ ਖਰਾਬ ਵਾ ਇਹਦੀਆਂ ਤੇ ਪੋਤੀਆਂ ਪੋਤੇ ਸਾਰੇ ਜਿਹੜੇ ਆ ਕਿਤੇ ਉਹਨਾਂ ਕੋਲ ਇੰਨਾ ਧਨ ਵੇ ਡੱਡੇ ਨੌਕਰੀਆਂ ਕਰਨ ਦੇ ਵੱਡੀਆਂ ਕੋਈ ਗੱਲ ਨਹੀਂ ਕਰਨ ਵਾਲੀ ਕੋਈ ਇਹ ਗੱਲ ਦਾ ਗੁੱਸਾ ਕਰਕੇ ਬੈਠੀ ਮੈਨੂੰ ਦੱਸਿਆ ਨਹੀਂ ਪੋਤਾ ਉਹ ਇਹਨੂੰ ਭਰਾਵਾ ਦੱਸਿਆ ਤੇ ਹੁਣ ਚੱਕਰ ਕੀ ਤੈਨੂੰ ਮੈਂ ਦੱਸਾਂ ਇਹ ਫਿਰ ਹੁਣ ਇਹਨੇ ਕਹਿਣਾ ਵੀ ਪੈਲੀ ਇਹਨਾਂ ਦੇ ਕੋਲ ਵਾ ਤੇ ਮੈਂ ਲੈ ਜਾ ਧੂ ਕੇ ਜੋ ਜਾਂਦਾ ਵਾ ਉਹ ਨਾ ਵੀ ਸਾਡੇ ਕੋਲ ਇੱਦਾਂ ਵੀ ਲਈ ਜਾਏ ਤੇ ਮੁੜ ਕੇ ਕੱਲ੍ਹ ਨੂੰ ਪੈਲੀ ਵੀ ਵੇਚ ਜੇ ਚੱਲ ਬੈਠੋ ਉਹਦੇ ਲੱਗ ਗਏ ਉਹਨੇ ਕਹਿਣਾ ਭਾਵੇਂ ਕਿਉਂ ਵਾਜ ਮਿੱਠੇ ਪਿਆਰੇ ਬਣ ਕੇ ਨਾ ਇਹਨੂੰ ਇੱਥੋਂ ਤੋਰੋ ਕੋਈ ਗੱਲ ਨਹੀਂ ਤੇ ਮੈਂ ਨਾ ਕਿਤੇ 4 ਰੁਪਏ ਜੋੜੋ ਵਾਧਾ ਘਾਟਾ ਕਰਕੇ ਤੇ ਇਹਨੂੰ ਥੋੜੇ ਥੋੜੇ ਦੇ ਕੇ ਲਿਖਾ ਲਓ ਕਿਸੇ ਤਰ੍ਹਾਂ ਪੈਰੀ ਹੱਥ ਲਾਇਆ ਮੈਨੂੰ ਤਾਂ ਪੈ ਗਈ ਹੈ ਪੈਰੀਆਂ ਹੱਥ ਇੱਕ ਵਾਰੀ 2 ਵਾਰੀ 4 ਵਾਰੀ ਲਾਓ ਭਾਵੇਂ ਸਾਰਾ ਹੀ ਟੱਬਰ ਲਾਓ ਆ ਜਾਓ ਉਹਨੇ ਕਹਿਣਾ ਪਾਣੀ ਕਿੱਥੇ ਚਲ ਗਈ ਜੀਵਨ ਭੈਣ ਜੀ ਭੂਆ ਜੀ ਨੇ ਤਾਂ ਨਵਾਂ ਹੀ ਬੰਦਾ ਪਾ ਦਿੱਤਾ ਵੇਖਿਆ ਕਿੱਦਾਂ ਕਾਗਜ਼ ਕੱਢ ਕੱਢ ਵਿਖਾ ਲੈਂਦੀ ਚੱਲ ਕੋਈ ਗੱਲ ਨਹੀਂ ਡਰਨ ਦੀ ਕੋਈ ਲੋੜ ਨਹੀਂ ਗੀ ਇਹਦੇ ਜਿਹੜੇ ਪੋਤੇ ਪੋਤੀਆਂ ਵਾ ਨਾ ਚੰਗੀਆਂ ਚੰਗੀਆਂ ਨੌਕਰੀਆਂ 'ਤੇ ਲੱਗੇ ਆ ਉਹਨਾਂ ਨੂੰ ਭੁੱਖ ਹੈਗੀ ਕੋਈ ਵੀ ਇਹ ਤਾਂ ਜਾਣ ਕੇ ਪੁਆੜੇ ਪਾਉਣ ਆ ਜਾਂਦੀ ਇੱਥੇ ਇਹ ਤਾਂ ਕੀ ਕਰਾ ਵਾ ਕਿੰਨੇ ਕੁ ਦਿਨ ਕੱਢਣੇ ਇਹਨੇ ਸਾਨੂੰ ਡਰਨ ਦੀ ਲੋੜ ਕੋਈ ਵੀ ਠੀਕ ਵਾ ਨਾ ਇੱਥੇ ਸਾਡਾ ਹੀ ਹੱਥ ਵੱਜਦਾ ਰਹਿਣਾ ਵਾ ਇਹਦੇ ਹੱਥ ਕੁਛ ਨਹੀਂ ਆਉਣਾ ਟੈਨਸ਼ਨ ਤਾਂ ਪਈ ਹੈ ਨਾ ਚੱਲ ਜਾਂਦੀ ਨਹੀਂ ਚੱਲ ਜਾਣਾ ਵਾ ਕੋਈ ਗੱਲ ਨਹੀਂ ਸਾਰੇ ਜੀ ਤੇ ਮਗਰ ਪਏ ਆ ਇਹਦੇ ਹੈ ਬੈਠੀ ਵੇਖ ਕਿੱਦਾਂ ਵਾ ਝੋਲਾ ਫੜ ਕੇ ਹੈ ਉਹ ਛੱਡਦੀ ਨਹੀਂ ਉਹਨਾਂ ਤੱਕ ਜਾਣਾ ਹੀ ਨਹੀਂ ਗਾ ਹਾਂ ਪਿੰਦਰ ਮੇਰੀ ਇੱਕ ਗੱਲ ਸੁਣ ਲਾ ਇਹ ਨਾ ਗੁੱਸੇ ਹੋ ਕੇ ਨਹੀਂ ਜਾਣੀ ਚਾਹੀਦੀ ਇੱਥੋਂ ਠੀਕ ਵਾ ਨਾ ਜਿੱਦਾਂ ਕਹਿੰਦੀ ਆ ਨਾ ਜੋ ਕਹਿੰਦੀ ਆ ਉਦਾਂ ਹੀ ਕਰੀ ਜਾਵੀ ਚੁੱਪ ਕਰਕੇ ਠੀਕ ਆ ਨਾ ਨਹੀਂ ਨਹੀਂ ਸੇਵਾ ਪਾਣੀ ਤਾਂ ਅਸੀਂ ਪੂਰੀ ਕਰਨ ਦੇ ਆ ਪੂਰੀ ਕਰਨ ਦੇ ਆ ਨਾ ਆਹੋ ਵੀ ਖੁਸ਼ ਰਹੇ ਇਸ ਤਰ੍ਹਾਂ ਲੀੜਾ ਕੱਪੜਾ ਕੋਈ ਨਹੀਂ ਆਉਂਦਾ ਸਿਰਫ ਉਹ ਕਾਗਜ਼ ਦੇ ਝੋਲੇ ਚ ਪਾਈ ਹੋ ਮੈਂ ਤਾਂ ਅੱਜ ਕੱਲ ਵਿੱਚ ਚਲੀ ਜਾਵੇ ਨਹੀਂ ਚਲ ਜਾਣਾ ਇਹਦੇ
ਠੀਕ ਜੀ ਤੈਨੂੰ ਲਵਲੀ ਦਾ ਪਿਓ ਕੋਈ ਦਬਕੇ ਦਬਕੇ ਤਾਂ ਨਹੀਂ ਮਾਰਦਾ ਨਹੀਂ ਨਹੀਂ ਭੂਆ ਜੀ ਇਦਾਂ ਨਹੀਂ ਕੋਈ ਗੱਲ ਵੀ ਹੈਗੀ ਠੀਕ ਰਹਿੰਦੇ ਜੇ ਦਬਕੇ ਦਬਕੇ ਮਾਰੂ ਤਾਂ ਦੱਸੀ ਤੂੰ ਕੋਈ ਗੱਲ ਨਹੀਂ ਕਰਦਾ ਠੀਕ ਹੈ ਨਾ ਹਾਂਜੀ ਹਾਂਜੀ ਤੇ ਫਿਰ ਸਿੱਧੇ ਕਰਨ ਦੀ ਯਾਦ ਵਾ ਕਰ ਲਾਂਗੇ ਉਹ ਨਹੀਂ ਨਹੀਂ ਇਦਾਂ ਨਹੀਂ ਕੋਈ ਗੱਲ ਹੈਗੀ ਸਸੇ ਕਾ ਕੀ ਹਾਲ ਚਾਲ ਸੰਦੀਪ ਹੋਰ ਹਾਂ ਮੈਂ ਵੀ ਠੀਕ ਠਾਕ ਵਧੀਆ ਕੁਛ ਨਹੀਂ ਕੰਮ ਕੁਮ ਕਰਕੇ ਫ੍ਰੀ ਹੋਈ ਹੀ ਬੈਠੀ ਆ ਹਾਂ ਭਾਜੀ ਵੀ ਬਾਹਰ ਨੂੰ ਗਏ ਆ ਠੀਕ ਠਾਕ ਵਧੀਆ ਸਭ ਦੱਸੋ ਕੀ ਗੱਲ ਆ ਆਹ ਜੇ ਮੰਨਣ ਵਾਲੀ ਹੋਊ ਤਾਂ ਮੰਨੂੰਗੀ ਅੱਛਾ ਠੀਕ ਆ ਸੰਦੀਪ ਮੇਰੀ ਗੱਲ ਸੁਣ ਮੈਂ ਤਾਂ ਦਵਾਈਆਂ ਖਾ ਖਾ ਕੇ ਨਾ ਅੱਕ ਗਈ ਹਾਂ ਮੇਰਾ ਤਾਂ ਸਰੀਰ ਵੀ ਖਰਾਬ ਹੋ ਗਿਆ ਵਾ ਪਰ ਹੁਣ ਮੈਂ ਨਾ ਮਹਾਰਾਜ ਤੇ ਡੋਰੀ ਸੁੱਟੀ ਆ ਜੇ ਉਹਨੇ ਦੇਣਾ ਹੋਊ ਨਾ ਤੇ ਦੇ ਦੂਗਾ ਤੇ ਜੇ ਨਹੀਂ ਸਾਡੇ ਕਰਮਾਂ ਦੇ ਵਿੱਚ ਹੈਗਾ ਤੇ ਥਾਂ ਥਾਂ ਤੋਂ ਕਿੱਥੋਂ ਮੈਂ ਦਵਾਈ ਖਾਵਾਂ ਮੈਂ ਤਾਂ ਦਵਾਈ ਖਾ ਖਾ ਸਰੀਰ ਖਰਾਬ ਕਰ ਲਿਆ ਆਪਣਾ ਜੀ ਤੇ ਮੇਰਾ ਵੀ ਕਰਦਾ ਵਾ ਵੀ ਮੇਰੇ ਘਰ ਵਿੱਚ ਰੌਣਕ ਹੋਵੇ ਮੈਂ ਵੀ ਆਰੇ ਲੱਗੀ ਹੋਵਾਂ ਪਰ ਮੈਂ ਕੀ ਕਰਾਂ ਜੇ ਰੱਬ ਨੂੰ ਨਹੀਂ ਮਨਜ਼ੂਰ ਨਹੀਂ ਉਹਨੇ ਦੇਣਾ ਤੇ ਮੈਂ ਕਿੱਦਾਂ ਧੱਕੇ ਦੇ ਨਾਲ ਕਿਸੇ ਕੋ ਖੋਲਾਂ ਤੇਰੇ ਕਹਿਣ ਤੇ ਮੈਂ ਕਿੰਨੀਆਂ ਥਾਵਾਂ ਤੋਂ ਅੱਗੇ ਦਵਾਈ ਖਾਧੀ ਹੈ ਤੇ ਜੇ ਨਹੀਂ ਤਾਂ ਹੁਣ ਨਹੀਂ ਮੈਂ ਜਾਣਾ ਕਿਤੇ ਵੀ ਮੈਂ ਅੱਕ ਗਈ ਹਾਂ ਹੁਣ ਚੱਲ ਕੋਈ ਨਹੀਂ ਮੇਰਾ ਨਹੀਂ ਉਹ ਦਿਲ ਕਰਦਾ ਜਿਹਨੂੰ ਤਾਂ ਫਰਕ ਪੈ ਜਾਂਦਾ ਉਹਦੇ ਵਾਸਤੇ ਤਾਂ ਡਾਕਟਰ ਸਿਆਣਾ ਤੇ ਜਦੋਂ ਮੈਨੂੰ ਕੋਈ ਫਰਕ ਹੀ ਨਹੀਂ ਪਿਆ ਮੇਰੇ ਵਾਸਤੇ ਕਾਹਦਾ ਸਿਆਣਾ ਚੱਲ ਠੀਕ ਆ ਫਿਰ ਵੀ ਮੈਂ ਆਪਣੇ ਮਨ ਨਾਲ ਸਲਾਹ ਕਰਕੇ ਨਾ ਤੇ ਫਿਰ ਤੈਨੂੰ ਦੱਸੂੰਗੀ ਮੈਂ ਅਜੇ ਨਹੀਂ ਕੋਈ ਵੀ ਤੈਨੂੰ ਕਹਿ ਸਕਦੀ ਚੱਲ ਠੀਕ ਆ ਮੈਂ ਰੱਖਦੀ ਹਾਂ ਫੋਨ ਰਮਨ ਕਿਹਦਾ ਫੋਨ ਸੀ ਫੋਨ ਸੰਦੀਪ ਦਾ ਹੀ ਕੀ ਕਹਿੰਦੀ ਆ ਉਹ ਦੱਸ ਪਾਉਂਦੇ ਕਿਸੇ ਡਾਕਟਰ ਦੀ ਆਂਦੀ ਵੀ ਸਾਡੇ ਲਾਗੇ ਗਵਾਂਢ ਹੀ ਤੇ ਉਹਨੇ ਦਵਾਈ ਖਾਧੀ ਆ ਤੇ ਉਹਦੇ ਮੁੰਡਾ ਹੋਇਆ ਤੇ ਤੁਸੀਂ ਵੀ ਉੱਥੇ ਜਾ ਕੇ ਦਵਾਈ ਖਾਓ ਮੈਂ ਕਿਹਾ ਵੀ ਮੈਂ ਨਹੀਂ ਦਵਾਈ ਖਾਣੀ ਮੈਂ ਦਵਾਈ ਖਾ ਖਾ ਕੇ ਨਾ ਆਪਣਾ ਸਰੀਰ ਖਰਾਬ ਕਰ ਲਿਆ ਜੇ ਮਹਾਰਾਜ ਨੇ ਦੇਣਾ ਹੋਊ ਨਾ ਤੇ ਇੱਦਾਂ ਹੀ ਦੇ ਦੂਗਾ ਮੈਂ ਤਾਂ ਮਹਾਰਾਜ ਤੇ ਹੁਣ ਡੋਰੀ ਸੁੱਟੀ ਆ ਜੇ ਸਾਡੇ ਕਰਮਾਂ 'ਚ ਹੋਊ ਤੇ ਮਿਲ ਜੂ ਜੇ ਨਹੀਂ ਕਰਮਾਂ 'ਚ ਹੈਗਾ ਤਾਂ ਕੋਈ ਗੱਲ ਨਹੀਂ ਜੋ ਬੰਦਾ ਖੇਡ ਮਾਲ ਲਾਇਆ ਕਰਾਂਗੇ ਹੋਰ ਫਿਰ ਕੀ ਆ ਉਹ ਵੀ ਤਾਂ ਆਪਣਾ ਹੀ ਆ ਮੇਰੀ ਗੱਲ ਸੁਣ ਰਮਨ ਰੱਬ ਤੇ ਵਿਸ਼ਵਾਸ ਰੱਖ ਸਭ ਕੁਝ ਹੋਊਗਾ ਤੇ ਜੇ ਨਹੀਂ ਕਰ ਦਿਲ ਲੱਗਦਾ ਤੇ ਚੱਲ ਜੋ ਬੰਦਾ ਖੇਡ ਖੂਡ ਆਇਆ ਕਰ ਉਧਰ ਜਾ ਕੇ ਉਹੋ ਹੀ ਤੇ ਮੈਂ ਕਿਹਾ ਵਾ ਮੈਂ ਚੱਲ ਉਹ ਵੀ ਸਾਡੇ ਲਾਗੇ ਯਾਰ ਹੋ ਗਿਆ ਵਾ ਚਲੇ ਆ ਵੀ ਘੜੀ ਚਲ ਜਾਂਦੀ ਮੈਂ ਉਧਰ ਤੇ ਮੇਰਾ ਵੀ ਮਨ ਹੋਰ ਹੋ ਜਾਂਦਾ ਵਾ ਉਹਨੂੰ 10 ਮਿੰਟ ਚੁੱਕਾ ਜੇ ਖੇਡ ਖੂਡ ਕੇ ਆ ਗਏ ਜਾਂ ਇਧਰ ਲੈਂਦਾ ਉਹਨੂੰ ਚੁੱਕ ਕੇ ਉਹ ਮੈਨੂੰ ਕਹਿੰਦੀ ਤੂੰ ਇੱਕ ਵਾਰ ਮੇਰੇ ਕਹਿਣ ਤੇ ਜਾ ਪਰ ਮੈਂ ਵੀ ਮੇਰਾ ਮਨ ਨਹੀਂਗਾ ਮੰਨਦਾ ਮੇਰਾ ਨਹੀਂ ਜੀ ਕਰਦਾ ਨਾ ਮੈਂ ਜਾਣਾ ਮੈਂ ਬਥੇਰਾ ਅੰਤਰਾ ਖਰਚੇ ਵੀ ਕਰ ਕਰ ਵੇਖ ਲਿਆ ਤੇ ਸਰੀਰ ਵੀ ਖਰਾਬ ਕਰ ਲਿਆ ਆਪਣਾ ਧੀਏ ਤੂੰ ਬਾਹਰ ਆਣ ਕੇ ਬੈਠੀ ਹੈ ਪ੍ਰਸਾਦ ਪਈ ਹੈ ਤੂੰ ਮੁੰਡਾ ਅੰਦਰ ਰੱਖਣਾ ਹੈ ਕੋਈ ਗੱਲ ਨਹੀਂ ਬੀਜੀ ਇਹਨਾਂ ਕੀ ਬਾਹਰ ਥੋੜਾ ਠੰਡਾ ਹੋ ਜਾਂਦਾ ਵਾ ਅੰਦਰ ਗਰਮੀ ਜੀ ਬੜੀ ਲੱਗਦੀ ਤਾਂ ਇੱਥੇ ਬਹਿ ਜਾਂਦੀ ਆ ਨਹੀਂ ਠੰਡਾ ਤੇ ਹੋ ਜਾਂਦਾ ਫਿਰ ਵੀ ਨਿਆਣੇ ਦਾ ਖਿਆਲ ਰੱਖੀਦਾ ਹਾਂਜੀ ਕੋਈ ਗੱਲ ਨਹੀਂ ਉਧਰ ਰੱਖੋ ਠੀਕ ਆਹੋ ਅੰਦਰ ਲੈ ਕੇ ਤੇ ਵਿਆਹ ਕਰ ਚੰਗਾ ਠੀਕ ਜੀ ਹਾਂਜੀ ਬੇਟਾ ਮੰਮੀ ਤੇਰੀ ਠੀਕ ਆ ਅੰਦੇ ਵੀ ਠੀਕ ਨਹੀਂ ਇੱਥੇ ਫੋਨ ਫਾਨ ਹੁੰਦਾ ਹਾਂਜੀ ਭੂਆ ਜੀ ਠੀਕ ਨੇ ਹੁਣ ਫਰਕ ਵਾ ਅਗਰ ਨਾਲੋਂ ਪਰ ਦਵਾਈ ਦੁਈ ਚੱਲਦੀ ਆ ਹਲੇ ਤੁਹਾਨੂੰ ਪਤਾ ਹੀ ਹੁਣ ਉਮਰ ਦੇ ਹਿਸਾਬ ਨਾਲ ਇਦਾਂ ਢਿੱਲ ਮੱਟ ਚੱਲਦੀ ਰਹਿੰਦੀ ਆ ਤੇ ਇਦਾਂ ਕਰਿਓ ਵੀ ਫੇਰਾ ਮਾਰਿਓ ਹੁਣ ਤੁਸੀਂ ਆਣ ਕੇ ਚੰਗਾ ਹਾਂਜੀ ਨਹੀਂ ਕੋਈ ਨਹੀਂ ਆਵਾਂਗੇ ਹੋ ਜਾਂਦਾ ਨਾ ਸਵਾ ਮਹੀਨਾ ਤੇ ਫਿਰ ਕੋਈ ਨਹੀਂ ਆਵਾਂਗੇ ਬਾਅਦ ਚ ਠੀਕ ਆ ਹਾਂਜੀ ਬਾਪੂ ਜੀ ਚਕਲੋਤੇ ਜੀ ਉਹ ਯਾਰ ਖਲੋਣਾ ਕੀ ਐਵੇਂ ਚਿੰਤਾ ਜੀ ਲੱਗੀ ਹੈ ਕਾਦੀ ਇਹੋ ਹੀ ਵੀ ਯਾਰ ਕੰਮ ਬੜਾ ਖਰਾਬ ਹੋਇਆ ਵਾ ਪਹਿਲਾਂ ਲਾਲਚ ਚ ਆਣ ਕੇ ਨਾ ਪੈਸਿਆਂ ਦੇ ਚ ਤੇ ਮਿੱਟੀ ਵੀ ਪਟਾ ਲਈ ਪੈਲੀਆਂ ਕਰਾ ਲਈਆਂ ਨੀਵੀਆਂ ਹਾਂਜੀ ਤੇ ਉੱਤੋਂ ਰੱਬ ਵੀ ਕਹਿਰਬਾਨ ਹੋਇਆ ਵਾ ਤੇ ਹੁਣ ਮੀਂਹ ਨਹੀਂ ਹਟੰਡਿਆ ਇੰਨਾ ਖਰਚਾ ਕੀਤਾ ਤੇ ਝੋਨਾ ਸਾਰਾ ਡੁੱਬ ਗਿਆ ਵਾ ਝੋਨਾ ਤੇ ਲੱਭਣ ਹੀ ਨਹੀਂ ਡਿਆ ਸੀ ਤੇ ਇਹ ਜਾਣਾ ਹੀ ਮਾਰਿਆ ਤੇ ਕੰਮ ਬੜਾ ਖਰਾਬ ਆ ਤੇ ਉੱਤੋਂ ਤੇਰੀ ਭੂਆ ਬੜੀ ਕਹਿਰਬਾਨ ਆ ਉਹ ਵੀ ਆਣ ਕੇ ਬੈਠੀ ਆ ਭੂਆ ਤੇ ਕਹਿੰਦੀ ਮੈਂ ਚੱਲੀ ਆਂਦੀ ਚੱਲੀ ਆ ਹਾਂ ਉਹ ਭਰਾ ਸ਼ੁਕਰ ਆ ਕਿਤੇ ਚੱਲ ਜੇ ਤੇ ਸਾਡੀ ਵੀ ਕਿਤੇ ਜਾਨ ਸੌਖੀ ਹੋ ਜੇ ਉਹ ਕਿਤੇ ਖਲਾਸੀ ਹੋ ਜੇ ਮੇਰਾ ਤਾਂ ਕੱਲ ਦਾ ਹੀ ਰੰਗ ਉੱਡਿਆ ਵਾ ਚੱਲੀਏ ਫਿਰ ਇਹਨੂੰ ਤੋਰ ਲਈਏ ਪਹਿਲਾਂ ਚੱਲੀਏ ਤੇ ਓਏ ਆਹੋ ਹੁਣ ਜੋ ਨਿਕਲੂਗਾ ਵੇਖੀ ਜਾਊ ਕੀ ਕਰਨਾ ਬੜਾ ਦੁੱਖ ਆਉਂਦਾ ਯਾਰ ਪੈਲੀਆਂ ਵਾਲ ਵੇਖ ਕੇ ਲਾਲਚ ਤਾਂ ਅਸੀਂ ਕਰ ਲਈ ਨਾ ਉਹਨੂੰ ਮਿੱਟੀ ਪਟਾਉਣ ਦਾ ਤੇ ਹੁਣ ਵੇਖ ਕੀ ਬਣ ਲਿਆ ਜੀ ਆਹੋ 1.5 ਕਿੱਲਾ ਹੀ ਬਈ ਨਾ ਮੇਰੇ ਸਾਹਮਣੇ ਉੱਪਰ ਲਈ ਝੋਨਾ ਤਾਂ ਨਹੀਂ ਲੱਗਿਆ ਕਰਨਾ ਝੋਨਾ ਤਾਂ ਫੇਲ ਹੋ ਜਾਣਾ ਸਾਡਾ ਤੇਰੇ ਗੰਨਾ ਗੁੰਨਾ ਹੈ ਮਾੜਾ ਮੋਟਾ ਜੇ ਕਿਤੇ ਪਲਜੇ ਤੇ ਪਾ ਚੱਲ ਆ ਜਾਓ ਫੇਰ ਕਹੂਗੀ ਮੈਨੂੰ ਮਿਲਿਆ ਨਹੀਂ ਆ ਚੱਲ ਭਰਾਵਾ ਅੱਗੇ ਦਿਲ ਬੜਾ ਟੁੱਟਾ ਵਾ ਆ ਜਾਓ ਇੱਥੇ ਆ ਕੇ ਦੱਸ ਮੇਰੀ ਗੱਲ ਸੁਣ ਭੂਆ ਅੱਜ ਚੱਲੀ ਆ ਪਰ ਆਪਾਂ ਨੇ ਗਾ ਜਾਣਾ ਠੀਕ ਵਾ ਨਾ ਠੀਕ ਹੈ ਜੋ ਮਰਜ਼ੀ ਕਹਿੰਦੇ ਤੇ ਕਹਿੰਦੇ ਰਹਿਣ ਭੂਆ ਨੇ ਤੇ ਕੋਈ ਨਾ ਕੋਈ ਲੈ ਕੇ ਜਾਣਾ ਵਾ ਆਪਾਂ ਨੇ ਗਾ ਰਹਿਤੀਆਂ ਨਹੀਂ ਠੀਕ ਹੈ ਠੀਕ ਹੈ ਆਹੋ ਭਾਈ ਵੀ ਇੱਥੇ ਰਹਿੰਦੇ ਹੁਣ ਪੱਕਾ ਹੀ ਜੋ ਮਰਜ਼ੀ ਹੋ ਜੇ ਉਹਨੂੰ ਫੋਨ ਕਰਦੇ ਤੇ ਕੋਈ ਗੱਲ ਨਹੀਂ ਆਪਾਂ ਆ ਜਾਗੇ ਕੱਲ ਨੂੰ ਕੋਈ ਨਾ ਮੈਨੂੰ ਤਾਂ ਇਹਨਾਂ ਟੈਨਸ਼ਨ ਆ ਮੈਂ ਕਰ ਦਿੰਦੀ ਗੱਲ ਤੇ ਜੇ ਮੈਂ ਅੱਗੇ 8-9 ਦਿਨ ਇੱਥੇ ਕਢਾ ਗਈ ਹਾਂ ਤਾਂ ਹੁਣ ਮੈਨੂੰ ਰਹਿੰਦੀ ਵੀ ਇੱਥੇ ਕੀ ਹੈ ਹੋਰ ਕੀ ਗੱਲ ਠੀਕ ਵਾ ਨਾ ਜੋ ਮਿਲਿਆ ਬੰਦ ਲੈ ਕੇ ਜਾਣਾ ਖਾਲੀ ਹੱਥ ਆਪਾਂ ਵੀ ਜਾਣਾ ਠੀਕ ਆ ਵੇਖ ਕੇ ਹੋਰ ਕੀ ਕਰਦੀ ਹੈ ਜੀ ਕੋਈ ਗੱਲ ਨਹੀਂ ਵੇਖਦੇ ਹਾਂ ਠੀਕ ਆ ਭੂਆ ਨੇ ਕਿਹੜਾ ਇੱਦਾਂ ਜਾਣਾ ਹੁਣ ਠੀਕ ਆ
ਉੱਥੇ ਮੁੰਡੇ ਦਾ ਹੁਣ ਧਿਆਨ ਰੱਖੀ ਮੈਂ ਅੱਜ ਚੱਲ ਜਾਣਾ ਵਾ ਤੇ ਭੂਆ ਜੀ ਰਹਿ ਪੋ ਦੋ ਚਾਰ ਦਿਨ ਨਹੀਂ ਰਹਿਣ ਰਹਿਣ ਫਿਰ ਪਿੱਛੇ ਵੀ ਕੰਮ ਬੜਾ ਵਾ ਚਲੋ ਵੇਖ ਲਓ ਲੈ ਭੂਆ ਜੀ ਜਾਣ ਦੀਆਂ ਗੱਲਾਂ ਕਰਨ ਵੀ ਜਾ ਭੇਜੇ ਇੰਨੀ ਰੌਣਕ ਲੱਗੀ ਸਾਰੇ ਘਰ ਦੇ ਵਿੱਚ ਨਹੀਂ ਮੈਂ ਤੁਹਾਡੇ ਵਰਗੀ ਵਿਹਲੀ ਨਹੀਂ ਗਈ ਕਹਿੰਦਾ ਤੁਸੀਂ ਤਾਂ ਵਿਹਲੀ ਆ ਕੇ ਬੈਠੀਆਂ ਅੱਜ ਨਹੀਂ ਨਹੀਂ ਭੂਆ ਜੀ ਅੱਜ ਉਹਦੀ ਅਜੇ ਇਕੱਠੇ ਜਾਵਾਂਗੇ ਨਹੀਂ ਨਹੀਂ ਮੇਰਾ ਮੇਰਾ ਨਹੀਂ ਤੁਹਾਡੇ ਨਾਲ ਕੋਈ ਸਾਥ ਹੈਗਾ कई काम ने जो जाके करने भैन मेरी गल सुन घर तो तेरा ही है जो मर्जी आ ਉਹਦਾ ਇੱਕ ਕੰਮ ਕਰੀ ਵੀ ਆ ਝੋਲਾ ਜਿਹਾ ਨਾ ਮੁੜ ਕੇ ਲਿਆ ਗਿਆ ਵੀ ਬੁਰਾ ਜਿਹਾ ਲੱਗਦਾ ਉਦਾਂ ਆਇਆ ਕਰ ਤੇ ਝੋਲਾ ਕਿਉਂ ਨਾ ਲਿਆਵਾਂ ਝੋਲੇ ਦੇ ਵਿੱਚ ਤੇ ਜੋ ਖੜਨਾ ਖੜਨਾ ਉਹ ਕੋਈ ਹੋਰ ਲੈ ਆਇਆ ਕਰ ਕੋਈ ਕੱਪੜੇ ਕੁੱਪੜੇ ਦਾ ਨਹੀਂ ਕੱਪੜਾ ਨਹੀਂ ਚੰਗਾ ਲੱਗਦਾ ਆ ਪੁਰਾਣੇ ਜਿਹੇ ਰਿਵਾਜ ਦਾ ਮੈਂ ਬੁਰਾ ਜਿਹਾ ਲੱਗਦਾ ਵਾ ਨਹੀਂ ਪੁਰਾਣਾ ਰਿਵਾਜ ਨਹੀਂ ਸਗੋਂ ਨਵਾਂ ਵਾ ਜਿਹੜਾ ਪਹਿਲਾਂ ਹੀ ਉਹ ਪੁਰਾਣਾ ਸੀ ਫੜਦੀ ਇਹ ਮੁੰਡੇ ਦਾ ਪਿਆਰ ਤੇ ਮੈਂ ਹੁਣ ਚੱਲ ਰਹੀ ਹਾਂ ਭੂਆ ਜੀ ਥੋੜੇ ਕਰ ਦਿਓ ਨਹੀਂ ਨਹੀਂ ਥੋੜੇ ਹੀ ਆ ਮਾਰਿਓ ਫਿਰ ਚੱਕਰ ਇਦਾਂ ਕਰੀ ਵੀ ਹੁਣ ਮੈਂ ਚੱਲੀ ਹਾਂ ਅੱਛਾ ਪੈਰੀ ਤੇ ਨਾ ਕੋਈ ਪੈਸਾ ਚੁੱਕੀ ਤੇ ਨਾ ਪੈਰੀ ਨੂੰ ਲਾਈਨ ਚਲਾਈ ਚਾਰੀ ਇਦਾਂ ਰਹਿਣੀ ਚਾਹੀਦੀ ਜਦੋਂ ਕਰੋਗੇ ਕੰਮ ਮੈਨੂੰ ਨਾਲ ਲੈ ਕੇ ਕਰਨਾ ਮੈਂ ਤੁਸੀਂ ਫਿਕਰ ਨਾ ਕਰਿਓ ਕਿਸੇ ਗੱਲ ਦਾ ਜਿਹੜਾ ਵੀ ਕੰਮ ਹੋਊਗਾ ਨਾ ਪਹਿਲਾਂ ਤੁਹਾਨੂੰ ਜਾ ਕੇ ਇੱਥੇ ਲੈ ਆਵਾਂਗੇ ਤੇ ਫਿਰ ਤੁਹਾਡੀ ਸਲਾਹ ਨਾਲ ਜਿਹੜਾ ਕੰਮ ਹੋਊਗਾ ਉਹ ਹੀ ਹੋਊਗਾ ਠੀਕ ਆ ਕਿ ਨਹੀਂ ਹਾਂ ਕੋਈ ਗੱਲ ਹੀ ਨਹੀਂ ਤੇ ਚੰਗਾ ਫਿਰ ਮੈਂ ਹੁਣ ਚੱਲੀ झोला ਵਖਾ ਗਈ ਨਾ ਉਹਨੂੰ ਵੇਲੀ ਉਹ ਨਹੀਂ ਨਾ ਤੈਨੂੰ ਦੱਸਿਆ ਨਿਆਣ ਕੇ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਨੂੰ ਝੋਲੇ ਚ ਵੀ ਦੱਸੋ ਨਾ ਕੀ ਉਹਦੇ ਵਿੱਚ ਝੋਲੇ ਚ ਕਿਹੜਾ ਬੰਬ ਪਿਆ ਆ ਮੈਨੂੰ ਵੀ ਦੱਸੋ ਮੇਰੀ ਗੱਲ ਸੁਣ ਝੋਲੇ ਚ ਅੱਧਾ ਕਿੱਲਾ ਪਿਆ ਵਾ ਉਹਦੇ ਸਾਰੇ ਕਾਗਜ਼ ਜਿਹੜੇ ਆ ਭੂਆ ਕੋ ਆ ਅੱਧਾ ਕਿੱਲਾ ਉਹਦੇ ਨਾਂ ਆ ਹੁਣ ਪਤਾ ਲੱਗਾ ਤੈਨੂੰ ਸਾਰਾ ਉਹ ਕਿਹੜਾ ਬੰਬ ਨੂੰ ਘਟ ਵਾ ਸਚਾਈ ਦਾ ਤੇ ਮੈਨੂੰ ਹੁਣ ਪਤਾ ਲੱਗਾ ਆ ਫਿਰ ਉਹ ਤੇਰਨਾ ਹੀ ਮਿੱਠੀ ਪਿਆਰੀ ਆ ਸਾਡੀਆਂ ਦੇ ਉਹ ਉਹਨੇ ਲਾਈਆਂ ਵਾ ਜਿਹੜਾ ਬਾਹਰ ਜਾ ਕੇ ਕੋਈ ਰਹੇ ਰੱਬ ਦਾ ਨਾਂ ਆਫਤ ਵਾ ਭੂਆ ਕਹਦੀ ਆ ਹਰਪਿੰਦਰ ਤੂੰ ਨਾ ਟੈਨਸ਼ਨ ਲਵੀਂ ਕੋਈ ਵੀ ਚੰਗਾ ਹੁਣ ਚੱਲ ਗਈ ਭੂਆ ਹੁਣ ਤੂੰ ਕਾਹਦੀ ਟੈਨਸ਼ਨ ਲੈਣੀ ਆ ਫੇਰ ਗਾੜੀ ਦੀ ਗਾੜੀ ਸਹੀ ਵੇਖੀ ਜਾਊਗੀ ਚੱਲ ਭੈਣ ਤੁਸੀਂ ਬੈਠੋ ਤੇ ਮੈਂ ਬਾਹਰ ਦਾ ਕੰਮ ਧੰਦਾ ਵੇਖਾਂ ਕੋਈ ਨਾਲੇ ਮੈਨੂੰ ਕੰਮ ਆ ਮੜਾ ਜਾ ਉਹ ਤੇ ਠੀਕ ਵਾ ਮੈਂ ਤੇ ਪਿੰਦਰ ਅੱਗੇ ਸਲਾਹ ਕਰਨ ਡਿਆ ਸੀ ਵੀ ਸਾਡਾ ਵਾਵਾ ਜੀ ਲੱਗਾ ਕਾਕੇ ਦੇ ਨਾਲ ਠੀਕ ਆ ਨਾ ਸਾਡਾ ਇਰਾਦਾ ਅੱਜ ਰਹਿ ਹੀ ਪਈਏ ਰਾਤ ਕੋਈ ਨਹੀਂ ਰਾਹ ਕੋ ਸਵੇਰੇ ਚੱਲ ਜਿਓ ਆਹੋ ਨਹੀਂ ਆਪਾਂ ਸਵੇਰੇ ਜਾਵਾਂਗੇ ਹੁਣ ਨਾਲੇ ਖਡਾਕ ਦੂ ਲਾਓ ਉਹਨੂੰ ਆਹੋ ਜਾ ਤੂੰ ਕਰਿਆ ਆਪਣੇ ਕੰਮ ਹੋਰ ਤੂੰ ਸੁਣਾ ਕਿੱਦਾਂ ਵਾ ਕੀ ਚੀਜ਼ ਦੀ ਲੋੜ ਤੇ ਨਹੀਂਗੀ ਨਹੀਂ ਚੀਜ਼ ਚੂਜ਼ ਦੀ ਗੱਲ ਲੋੜ ਠੀਕ ਟਾਈਮ ਪਾਸ ਹੋਈ ਜਾਂਦੇ ਆ ਪਿੰਦਰ ਜੇ ਕਿਸ ਚੀਜ਼ ਦੀ ਲੋੜ ਹੋਏਗੀ ਨਾ ਤਾਂ ਦੱਸ ਦੀ ਫੋਨ ਕਰਕੇ ਚੰਗਾ ਅਸੀਂ ਭੱਜੀਆਂ ਆਵਾਂਗੇ ਤੇਰੇ ਵੱਲ ਚੰਗਾ ਅੱਜ ਰਾਤ ਦੀ ਰੋਟੀ ਦਾ ਫਿਕਰ ਨਾ ਕਰੀ ਆਪਾਂ ਦੋਵਾਂ ਭੈਣਾਂ ਨੇ ਝੱਟ ਬਣਾ ਲੈਣੀ ਆ ਠੀਕ ਹੋ ਨਹੀਂ ਨਹੀਂ ਭੈਣ ਜੀ ਮੈਂ ਤੁਹਾਨੂੰ ਬਣਾ ਕੇ ਖਵਾ ਲੂੰਗੀ ਹੁਣ ਮੈਂ ਕੰਮ ਕੁਮ ਕਰ ਲੈਣੀ ਆ ਸਾਰਾ ਹੀ ਨਹੀਂ ਛਦੈਣੇ ਤੂੰ ਰੈਸਟ ਕਰ ਇਹਨੂੰ ਸਾਂਭ ਤੂੰ ਨਹੀਂ ਗਏ ਜੇ ਇਹਨੂੰ ਕੋਈ ਗੱਲ ਨਹੀਂ ਇਹਦੀ ਨਾ ਟੈਨਸ਼ਨ ਲਓ ਇਹਨੂੰ ਮੈਂ ਸਾਂਭ ਲੈਣਾ ਨਾਲ ਦੀ ਨਾਲ ਕੰਮ ਵੀ ਕਰੀ ਜਾਣਾ ਆ ਚੱਲ ਕੋਈ ਨਹੀਂ ਆਪਾਂ ਦੋਵੇਂ ਜਣੀਆਂ ਹੈਗੀਆਂ ਅੱਜ ਅਸੀਂ ਕਰ ਲੈਣਾ ਤੂੰ ਬਹਿ ਜਾ ਆਰਾਮ ਨਾਲ ਚੱਲ ਆ ਪਿੰਦਰ ਚੱਲ ਵੇਖ ਲਓ ਫਿਰ मच्छर लड़ा रहे गल चाहिए वाहन मुंडा भावे कल बिमार हो जाए मुड़के गर्मी ना मैं ना हो गया आ गया कम धंधा वेख लिया कोई ना मैं वेख लीना जा तू लिया गया जरा आ गया लै लै ਇਹ ਮਿਸਤਰੀ ਵੀ ਕਿਹੜੇ ਉਸੇ ਵੇਲੇ ਆ ਜਾਂਦੇ ਆ ਇਹਨਾਂ ਨੇ ਬਸ ਲਾਰਾ ਦੇਈ ਜਾਣਾ ਵਾ ਆ ਗਏ ਆ ਗਏ ਆ ਗਏ ਬਸ ਹੁਣ ਜੀ ਕੱਲ ਨੂੰ ਆਵਾਂਗੇ ਇਹਨਾਂ ਦਾ ਮਾੜਾ ਹੀ ਹਾਲ ਆ ਬਾਪੂ ਓ ਬਾਪੂ ਤੂੰ ਸੌਂ ਖਾਦੀ ਆ ਵੀ ਸਾਰੇ ਘਰ ਦਾ ਬੇੜਾ ਕਰਕੇ ਛੱਡਣਾ ਵਾ ਹੈ ਨਹੀਂ ਮੇਰੀ ਗੱਲ ਸੁਣ ਕੀ ਗੱਲ ਆ ਰੌਲਾ ਕੱਲੀ ਪਾਈ ਜਾਂਦਾ ਵਾ ਰੌਲਾ ਕੱਲਾ ਪਾਉਣਾ ਵਾ ਉਹ ਸੁਨਿਆਰਾ ਟੱਕਰਿਆ ਮੈਨੂੰ ਰਾਜ 8000 ਰੁਪਇਆ ਆਧਾਰ ਕਰ ਆਇਆ ਉਹਨਾਂ ਚੱਲ ਕੋਈ ਨਹੀਂ ਹੌਸਲੇ ਨਾਲ ਗੱਲ ਕਰ ਪਿਓ ਆ ਤੇਰਾ ਤੂੰ ਕਿਹੜੀਆਂ ਚੰਗੀਆਂ ਨੇ ਛਾਪਾਂ ਨੇ ਤੁਸੀਂ ਬਣਾਈਆਂ ਦੋਵਾਂ ਨੇ ਲੈ ਦੱਸ ਜੇ ਮੁੰਡਾ ਹੋਇਆ ਆਪਾਂ ਵਧਾਈ ਲੈ ਲਈ ਤੇ ਤੈਨੂੰ ਕਿਹਦਾ ਤਕਲੀਫ ਹੋਣੀ ਹੈ ਮੁੰਡਾ ਆਉਂਦਾ ਘਰ ਦੀ ਹਿਸਟਰੀ ਲੈ ਜਾਓ ਫਿਰ